ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਔਰ ਨਸ਼ੇ ਦੀ ਵਜ੍ਹਾ ਕਰਕੇ ਪੰਜਾਬ ਦੀ ਜਵਾਨੀ ਲਗਾਤਾਰ ਖਰਾਬ ਹੋ ਰਹੀ ਹੈ। ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਲੇਕਿਨ ਕਿਹਾ ਜਾਂਦਾ ਹੈ ਕਿ ਪੁਲਿਸ ਦੀ ਮਿਲੀ ਭਗਤ ਹੈ ਔਰ ਜਿਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਉਹੀ ਸ਼ਰੇਆਮ ਧਮਕੀ ਦਿੰਦਾ ਹੈ ਔਰ ਦੁਬਾਰਾ ਹਿੰਮਤ ਨਹੀਂ ਪੈਂਦੀ। ਕਈ ਵਾਰ ਪੁਲਿਸ ਖੁਦ ਮਿਲੀ ਭਗਤ ਜਿਹੜੀ ਹੈ ਨਸ਼ਾ ਤਸਕਰਾਂ ਦੇ ਨਾਲ ਕਰਦੀ, ਇਸ ਤਰੀਕੇ ਦੇ ਇਲਜ਼ਾਮ ਲੱਗਦੇ ਰਹੇ ਨੇ। ਲੇਕਿਨ ਹੁਣ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਟਾਸਕ ਫੋਰਸ ਬਣਾਈ ਗਈ ਹੈ। ਉਸ ਦਾ ਮੁੱਖ ਮਕਸਦ ਇਹ ਹੈ ਕਿ ਨਸ਼ਾ ਜੋ ਜਿਹੜੀ ਜਗ੍ਹਾ ਦੇ ਉੱਤੇ ਨਸ਼ਾ ਹੋ ਰਿਹਾ ਹੈ ਉਸ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਔਰ ਜਾਣਕਾਰੀ ਸਾਂਝੀ ਕਰਨ ਵਾਲੇ ਦੀ ਜਾਣਕਾਰੀ ਜਿਹੜੀ ਹੈ ਉਹ ਗੁਪਤ ਰੱਖੀ ਜਾਏਗੀ। ਇਹ ਟਾਸਕ ਫੋਰਸ ਕਿਵੇਂ ਕੰਮ ਕਰੇਗੀ, ਅੱਜ ਮੋਹਾਲੀ ਦੇ ਹੈੱਡ ਆਫਿਸ ਦੇ ਵਿੱਚ ਅਸੀਂ ਪਹੁੰਚੇ ਹਾਂ, ਕੰਟਰੋਲ ਰੂਮ ਦੇ ਜ਼ਰੀਏ ਉਹ ਦਿਖਾਵਾਂਗੇ। ਕਿਉਂਕਿ ਕਿਹਾ ਗਿਆ ਕਿ 800 ਮੁਲਾਜ਼ਮ ਜਿਹੜੇ ਨੇ ਉਹ ਸਿਰਫ ਔਰ ਸਿਰਫ ਇਸੇ ਨਸ਼ੇ ਦੇ ਖਾਤਮੇ ਦੇ ਲਈ ਇਸ ਦੇ ਨਾਲ ਜੁੜੇ ਨੇ। ਤਾਂ ਇਹ ਤੁਹਾਨੂੰ ਪਹਿਲਾਂ ਦਿਖਾ ਦਈਏ ਬੋਰਡ, ਇਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਜਿਹੜੀ ਇਹ ਫੋਰਸ ਹੈ, ਟਾਸਕ ਫੋਰਸ ਹੈ, ਕੰਮ ਕਰੇਗੀ। ਨਸ਼ੇ ਦੀ ਜਾਣਕਾਰੀ ਜੇਕਰ ਤੁਸੀਂ ਸਾਂਝੀ ਕਰਨੀ ਹੈ, ਜੇਕਰ ਤੁਹਾਡੇ ਏਰੀਏ 'ਚ ਨਸ਼ਾ ਵਿਕ ਰਿਹਾ ਤਾਂ ਤੁਸੀਂ ਵਟਸਐਪ ਦੇ ਜ਼ਰੀਏ 9779100200, ਇੱਕ ਵਾਰ ਫਿਰ ਮੈਂ ਰਿਪੀਟ ਕਰ ਦਿੰਦਾ, 9779100200 ਵਟਸਐਪ ਚੈਟਬੋਟ, ਇਹ ਨੰਬਰ ਤੁਸੀਂ ਯਾਦ ਕਰ ਲਓ। ਇਸ ਨੰਬਰ ਦੇ ਜ਼ਰੀਏ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਏਰੀਏ 'ਚ ਨਸ਼ਾ ਵਿਕ ਰਿਹਾ, ਕੌਣ ਵਿਕਾ ਰਿਹਾ, ਕਿੰਨਾ ਵਿਕ ਰਿਹਾ, ਕਿੱਦਾਂ ਵਿਕ ਰਿਹਾ। ਤੁਹਾਡੀ ਜਾਣਕਾਰੀ ਸਿੱਧੀ ਇਸ ਹੈਲਪਲਾਈਨ ਨੰਬਰ 'ਚ ਪਹੁੰਚ ਜਾਏਗੀ। ਇਸ ਕੰਟਰੋਲ ਰੂਮ ਦੇ ਅੰਦਰ ਵੀ ਚੱਲਾਂਗੇ, ਲੇਕਿਨ ਇੱਥੇ ਕੀ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ, ਇਹ ਵੀ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਕਿਵੇਂ ਨਸ਼ਾ ਛੱਡ ਸਕਦਾ, ਇਹ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ। ਡਰੱਗਸ ਦੇ ਹੋਟ ਸਪੋਟ ਬਾਰੇ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ। ਆਪਣੇ ਇਲਾਕੇ 'ਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਉਣ ਬਾਰੇ ਤੁਸੀਂ ਦੱਸ ਸਕਦੇ ਹੋ। ਜੇਕਰ ਕੋਈ ਸਰਕਾਰੀ ਮੁਲਾਜ਼ਮ ਵੀ ਨਸ਼ਾ ਤਸਕਰਾਂ ਦੇ ਨਾਲ ਮਿਲੀ ਭਗਤ ਕਰਦਾ ਹੈ ਉਸ ਬਾਰੇ ਜਾਣਕਾਰੀ ਦੇ ਸਕਦੇ ਹੋ। ਔਰ ਇਸ ਦੇ ਨਾਲ ਨਾਲ ਬਹੁਤ ਸਾਰੇ ਮੈਡੀਕਲ ਸਟੋਰ ਨੇ ਜਾਂ ਫੈਕਟਰੀਆਂ ਨੇ ਜਿੱਥੇ ਗੈਰ ਕਾਨੂੰਨੀ ਨਸ਼ਾ ਵਿਕਦਾ ਹੈ ਉਸ ਦੀ ਜਾਣਕਾਰੀ ਦੇ ਸਕਦੇ ਹੋ। ਡਰੱਗ ਓਵਰਡੋਜ਼ ਦੇ ਨਾਲ ਹੋਈ ਮੌਤ ਬਾਰੇ ਜਾਣਕਾਰੀ ਤੁਸੀਂ ਦੇ ਸਕਦੇ ਹੋ ਔਰ ਨਾਲ ਹੀ ਨਾਲ ਨਜ਼ਦੀਕੀ OOAT ਕਲੀਨਿਕ ਬਾਰੇ ਜਾਣਕਾਰੀ ਲੈਣ ਅਤੇ ਉਸ ਸੰਬੰਧੀ ਸ਼ਿਕਾਇਤ ਤੁਸੀਂ ਜਿਹੜੀ ਹੈ ਉਹ ਕਰ ਸਕਦੇ ਹੋ। ਤਾਂ ਅੰਦਰ ਚੱਲਦੇ ਹਾਂ ਕਿ ਕੰਟਰੋਲ ਰੂਮ ਕਹਿ ਰਹੇ ਨੇ ਕਿ 24 ਘੰਟੇ ਚੱਲੇਗਾ ਔਰ ਤੁਸੀਂ 24 ਘੰਟੇ ਆਪਣੀ ਜਾਣਕਾਰੀ ਜਿਹੜੀ ਹੈ ਉਹ ਜਨਤਕ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਇਸ ਏਰੀਏ 'ਚ। ਤਾਂ ਇਹ ਕੰਟਰੋਲ ਰੂਮ ਦੇ ਵਿੱਚ ਜਿਵੇਂ ਅਮੂਮਨ ਅਸੀਂ ਦੇਖਦੇ ਹਾਂ ਕੋਲ ਸੈਂਟਰ ਹੁੰਦੇ ਨੇ, ਉਸੇ ਤਰੀਕੇ ਦੇ ਨਾਲ ਇੱਥੇ ਪੁਲਿਸ ਮੁਲਾਜ਼ਮ ਬੈਠੇ ਹੋਏ ਨੇ, ਸਿਵਲ ਵਰਦੀ ਦੇ ਵਿੱਚ ਇੰਸਪੈਕਟਰ ਰੈਂਕ ਦੇ ਨੇ, DSP ਰੈਂਕ ਦੇ ਨੇ, ਨਜ਼ਰ ਬਣਾ ਕੇ ਰੱਖੀ ਹੋਈ ਹੈ। ਔਰ ਵਟਸਐਪ ਦੇ ਜ਼ਰੀਏ ਤੁਸੀਂ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਅਸੀਂ ਜਾਣਕਾਰੀ ਇਸ ਕਰਕੇ ਨਹੀਂ ਸਾਂਝੀ ਕਰਦੇ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਜਦੋਂ ਜਾਣਕਾਰੀ ਸਾਂਝੀ ਕਰਾਂਗੇ ਤਾਂ ਜਿਹੜੇ ਡਰੱਗ ਤਸਕਰ ਨੇ ਉਹਨਾਂ ਤੋਂ ਸਾਨੂੰ ਖਤਰਾ ਹੋਏਗਾ। ਤਾਂ ਗੱਲਬਾਤ ਜਿਹੜੀ ਕਰ ਲੈਂਦੇ ਅੰਸਾਰੀ ਸਾਹਿਬ ਨੇ, ਇੰਸਪੈਕਟਰ ਨੇ ਅੰਸਾਰੀ ਜੀ, ਨਵਾਂ ਪ੍ਰੋਜੈਕਟ, ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਹੈ ਔਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਇਸ ਕਰਕੇ ਜਾਣਕਾਰੀ ਸਾਂਝੀ ਨਹੀਂ ਕਰਦੇ ਕਿ ਸਾਨੂੰ ਡਰ ਹੈ ਕਿ ਕੱਲ੍ਹ ਨੂੰ ਸਾਨੂੰ ਵੀ ਧਮਕੀਆਂ ਮਿਲਣਗੀਆਂ, ਸਾਡੀ ਲੜਾਈ, ਸਾਡਾ ਪੇਚਾ, ਸਾਡੀ ਦੁਸ਼ਮਣੀ ਪੈ ਜਾਏਗੀ। ਇੱਥੇ ਮੈਂ ਦੱਸਣਾ ਚਾਹਾਂਗਾ ਵੀ ਕੋਈ ਵੀ ਇਨਫੋਰਮਰ ਦੀ ਇਨਫੋਰਮੇਸ਼ਨ ਅਸੀਂ ਸ਼ੇਅਰ ਨਹੀਂ ਕਰਾਂਗੇ ਤੇ ਨਾ ਹੀ ਸਾਡੇ ਕੋਲ ਹੋਊਗੀ। ਸਾਡੇ ਕੋਲ ਸਿਰਫ ਉਹੀ ਇਨਫੋਰਮੇਸ਼ਨ ਰਿਸੀਵ ਹੋਊਗੀ ਜਿਹੜਾ ਤੁਸੀਂ ਫਿਲ ਕਰਕੇ ਸਾਡੇ ਕੋਲ ਸਬਮਿਟ ਕਰੋਗੇ। ਮੈਂ ਸਿੱਧਾ ਤੁਸੀਂ ਦਿਖਾਓ ਕਿ ਕਿਵੇਂ ਚੈਟ ਬਾਕਸ ਕੰਮ ਕਰਦਾ ਹੈ, ਕਿਵੇਂ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹਾਂ। ਜਿਵੇਂ ਮੈਂ, ਮੇਰੇ ਕੋਲ ਨੰਬਰ ਆ ਗਿਆ ਤੁਹਾਡਾ, ਇੱਕ ਵਾਰ ਨੰਬਰ ਦਰਸ਼ਕਾਂ ਨੂੰ ਫਿਰ ਦੱਸ ਦਿਓ ਔਰ ਉਸ ਨੰਬਰ ਤੇ ਤੁਹਾਨੂੰ ਫੋਨ ਕਰ ਸਕਦੇ ਹਾਂ ਜਾਂ ਤੁਹਾਨੂੰ ਮੈਸੇਜ ਭੇਜਣਾ ਹੋਏਗਾ, ਔਰ ਕਿਵੇਂ ਇਹ ਤੁਹਾਡਾ ਵਟਸਐਪ ਨੰਬਰ ਕੰਮ ਕਰੇਗਾ?
ਇਹ ਨੰਬਰ ਹੈਗਾ 9779100200। ਇਸ ਨੰਬਰ ਤੇ ਅਸੀਂ ਇੱਕ ਵਟਸਐਪ ਮੈਸੇਜ ਲਿਖ ਸਕਦੇ ਹਾਂ ਹੈਲੋ। ਵਟਸਐਪ ਤੇ ਨਾਲ ਨਾਲ ਦਿਖਾਉਂਦੇ ਵੀਰੋ, ਆਪਾਂ ਗੱਲ ਵੀ ਕਰਦੇ ਹਾਂ। ਇਹ ਨੰਬਰ ਚੈਟਬੋਟ ਬਣਿਆ ਹੋਇਆ। ਇਹ ਨੰਬਰ ਤੁਸੀਂ ਆਪਣੇ ਫੋਨ ਚ ਕਿਸੇ ਵੀ ਨਾਂ ਤੋਂ ਸੇਵ ਕਰਕੇ ਇਸ ਨੰਬਰ ਤੇ ਸਿਰਫ ਇੱਕ ਹੈਲੋ ਲਿਖਣਾ ਜੀ, ਤੇ ਹੈਲੋ ਤੋਂ ਬਾਅਦ ਕੰਪਿਊਟਰ ਤੁਹਾਨੂੰ ਆਟੋਮੈਟਿਕਲੀ ਰਿਪਲਾਈ ਕਰੂਗਾ ਕਿ ਲੈਂਗੁਏਜ ਸਿਲੈਕਟ ਕਰੋ, ਪੰਜਾਬੀ ਤੇ ਪੰਜਾਬੀ ਜਾਂ ਅੰਗਰੇਜ਼ੀ। ਹਿੰਦੀ ਭਾਸ਼ਾ ਨਹੀਂ, ਹਿੰਦੀ ਨਹੀਂ, ਹਿੰਦੀ ਪੰਜਾਬੀ ਜਾਂ ਅੰਗਰੇਜ਼ੀ। ਜੇ ਕਿਸੇ ਨੇ ਕੁਝ ਵੀ ਲਿਖਣਾ ਪੰਜਾਬੀ ਚ ਲਿਖ ਸਕਦਾ ਜਾਂ ਅੰਗਰੇਜ਼ੀ ਚ ਲਿਖ ਸਕਦਾ? ਲਿਖ ਤਾਂ ਤੁਸੀਂ ਅੰਗਰੇਜ਼ੀ ਚ ਵੀ ਲਿਖ ਸਕਦੇ ਹੋ, ਬਾਕੀ ਆਪਸ਼ਨ ਜਿਹੜੀ ਹੈ, ਜਿਹੜੀ ਵੀ ਤੁਹਾਨੂੰ ਇਹਦੇ ਵਿੱਚ ਕੁਐਸਚਨਸ ਆਣਗੇ ਉਹ ਫਿਰ ਪੰਜਾਬੀ ਚ ਆਉਣਗੇ। ਠੀਕ ਹੈ ਜੀ, ਅਸੀਂ ਪੰਜਾਬੀ ਕਰ ਲਈ ਆਪਾਂ। ਇਸ ਤੋਂ ਬਾਅਦ ਵੈਲਕਮ ਮੈਸੇਜ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਊਗਾ ਵੀ ਕਿਸ ਟਾਈਪ ਦੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ। ਉਹ ਟਾਈਪ ਅਸੀਂ ਲਿਖਿਆ ਪੰਜਾਬ ਸਰਕਾਰ, ਇੱਕ ਵਾਰੀ ਪੜ੍ਹ ਵੀ ਲੈਂਦੇ ਜੋ ਮੈਸੇਜ ਆਉਂਦਾ ਉਹ ਪੜ੍ਹ ਲੈਂਦੇ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਹੈਲਪਲਾਈਨ ਵਿਚ ਤੁਹਾਡਾ ਸਵਾਗਤ ਹੈ, ਅਸੀਂ ਤੁਹਾਡੀ ਮਦਦ ਲਈ ਲਾਮਬੰਦ ਆ, ਦੱਸੋ ਕਿਸ ਤਰੀਕੇ ਦੀ ਜਾਣਕਾਰੀ ਸਾਂਝੀ ਕਰਨਾ? ਇਹ ਸਾਰੀ ਗੱਲਬਾਤ ਲਿਖੀ ਹੈ। ਉਸ ਤੋਂ ਬਾਅਦ ਅਸੀਂ ਟਾਈਪ ਆਫ ਇਨਫੋਰਮੇਸ਼ਨ ਸਿਲੈਕਟ ਕਰਾਂਗੇ, ਕਿਸ ਟਾਈਪ ਦੀ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੁੰਦੇ ਹੋ। ਜੇ ਤੁਹਾਡੀ ਪੁਰਾਣੀ ਕੋਈ ਕੰਪਲੇਂਟ ਹੈ ਤਾਂ ਹਰ ਕੰਪਲੇਂਟ ਰਜਿਸਟਰ ਹੋਣ ਤੋਂ ਬਾਅਦ ਇੱਕ ਰਜਿਸਟਰਡ ਨੰਬਰ ਤੁਹਾਨੂੰ ਜਨਰੇਟ ਕਰਕੇ ਮਿਲੂਗਾ, ਤੁਸੀਂ ਉਸ ਨੰਬਰ ਦੇ ਨਾਲ ਪੁਰਾਣੀ ਕੰਪਲੇਂਟ ਨੂੰ ਵੀ ਟ੍ਰੇਸ ਡਾਊਨ ਕਰ ਸਕਦੇ ਹੋ ਵੀ ਉਸ ਤੇ ਕੀ ਐਕਸ਼ਨ ਲਿਆ ਗਿਆ। ਠੀਕ ਹੈ। ਤੇ ਜੇ ਕੋਈ ਨਵੀਂ ਇਨਫੋਰਮੇਸ਼ਨ ਹੈ ਤਾਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ, ਤੁਸੀਂ ਕੈਟੇਗਰੀ ਸਿਲੈਕਟ ਕੀਤੀ, ਉਸ ਤੋਂ ਅੱਗੇ ਉਹ ਟੂ ਬੀ ਪ੍ਰੋਸੈਸ ਹੋਰ ਡਿਟੇਲ ਮੰਗੂਗਾ ਵੀ ਕਿਸ ਟਾਈਪ ਦੀ ਐਗਜੈਕਟ ਇਨਫੋਰਮੇਸ਼ਨ ਹੈ। ਜੇ ਤੁਸੀਂ ਇੱਕ ਡਰੱਗ ਸਪਲਾਇਰ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਉਹ ਸਿਲੈਕਟ ਕਰ ਲਿਆ, ਜਾਂ ਕੋਈ ਡਰੱਗ ਅਕਿਊਜ਼ਡ ਹੈ ਜਾਂ ਕੁਝ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਸਿਲੈਕਟ ਕਰੋਗੇ। ਕਈ ਵਾਰ ਅਜਿਹਾ ਹੁੰਦਾ ਕਿ ਏਰੀਏ ਦਾ SHO ASI ਜਾਂ ਕਾਂਸਟੇਬਲ ਖੁਦ ਨਸ਼ਾ ਵਿਗਾ ਰਿਹਾ ਹੁੰਦਾ, ਡਰੱਗ ਤਸਕਰ ਨਾਲ ਮਿਲੀ ਭਗਤ ਹੁੰਦੀ, ਉਹਦੀ ਵੀ ਜਾਣਕਾਰੀ ਦੇ ਸਕਦੇ? ਇਹਦੇ ਵਿੱਚ ਕਿਸੇ ਵੀ ਗੌਰਮੈਂਟ ਇੰਪਲੋਈ ਜਾਂ ਕਿਸੇ ਵੀ ਟਾਈਪ ਦੇ ਇੰਪਲੋਈ ਦੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰ ਸਕਦੇ ਹੋ, ਉਹਦੀ ਡਿਫਰੈਂਟ ਕੈਟੇਗਰੀ ਸਿਲੈਕਟ ਕਰ ਸਕਦੇ। ਲੇਕਿਨ ਉਹਦਾ ਮੋਬਾਈਲ ਨੰਬਰ ਤੁਹਾਡੇ ਕੋਲ ਆ ਜਾਏਗਾ, ਉਹਨੂੰ ਇਸ ਗੱਲ ਦਾ ਵੀ ਡਰ ਹੋਏਗਾ? ਮੋਬਾਈਲ ਨੰਬਰ ਸਾਡੇ ਕੋਲ ਨਹੀਂ ਆਊਗਾ, ਜਿੰਨੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰੋਗੇ ਸਿਰਫ ਉਨੀ ਇਨਫੋਰਮੇਸ਼ਨ ਸਾਡੇ ਕੋਲ ਆਊਗੀ। ਕੋਈ ਮੋਬਾਈਲ ਨੰਬਰ ਜਾਂ ਕੋਈ ਜਾਣਕਾਰੀ ਨਹੀਂ ਹੋਊਗੀ? ਕੋਈ ਜਾਣਕਾਰੀ ਸਾਡੇ ਕੋਲ ਨਹੀਂ ਹੋਊਗੀ ਕਿ ਬੰਦਾ ਕਿੱਥੋਂ ਦਾ, ਕਿਵੇਂ ਹੈ। ਤੁਹਾਡੀ ਇਨਫੋਰਮੇਸ਼ਨ ਬਿਲਕੁਲ ਸੀਕ੍ਰੇਟ ਰੱਖੀ ਜਾਊਗੀ, ਤੇ ਉਸ ਇਨਫੋਰਮੇਸ਼ਨ ਤੇ ਐਕਸ਼ਨ ਲੈਣ ਤੋਂ ਬਾਅਦ ਤੁਹਾਨੂੰ ਰਿਪੋਰਟ ਵੀ ਦਿੱਤੀ ਜਾਊਗੀ। ਕੋਈ ਟਾਈਮ ਬਾਉਂਡ ਵੀ ਹੈ ਕਿ ਇੰਨੀ ਦੇਰ ਚ ਇਹ ਮਸਲਾ ਹੱਲ ਹੋਏਗਾ? ਅਸੀਂ 24/7 ਇੱਥੇ ਹੈਲਪਲਾਈਨ ਅਵੇਲੇਬਲ ਹੈ, ਕੋਸ਼ਿਸ਼ ਕਰਦੇ ਹਾਂ ਕਿ ਕੋਈ ਡਿਲੇ ਨਾ ਹੋਵੇ, ਹਰ ਇਨਫੋਰਮੇਸ਼ਨ ਨਾਲ ਦੀ ਨਾਲ ਐਕਸ਼ਨ ਲਿਆ ਜਾਵੇ ਤੇ ਜਿੰਨਾ ਫਾਸਟ ਹੋ ਸਕੇ ਕੰਪਲੇਨਰ ਨੂੰ ਰਿਪਲਾਈ ਕੀਤਾ ਜਾਵੇ। ਤੁਸੀਂ ਕਿਉਂਕਿ ਇੱਥੇ ਬੈਠੇ ਹੋ, ਤੁਸੀਂ ਫਿਰ ਲੋਕਲ ਪੁਲਿਸ ਨਾਲ ਟਾਈ ਅਪ ਕਰੋਗੇ ਜਾਂ ਤੁਹਾਡੇ, ਕਿਉਂਕਿ 800 ਮੁਲਾਜ਼ਮ ਦੱਸੇ ਗਏ ਨੇ ਉਹ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਤੈਨਾਤ ਨੇ, ਉਹ ਜਾਣਗੇ ਉਹ, ਕਿਉਂਕਿ ਜੇ SI ਦੀ ਸ਼ਿਕਾਇਤ ਆ ਗਈ ਔਰ SI ਨੇ ਤੁਸੀਂ ਕਹਿ ਦਿੱਤਾ ਤਾਂ ਫਿਰ ਕਿਵੇਂ ਹੱਲ ਹੋਏਗਾ? ਡਿਪੈਂਡਿੰਗ ਔਨ ਦੀ ਸਿਵੀਅਰਿਟੀ ਕਿ ਕਿਸ ਟਾਈਪ ਦੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ, ਕਿੰਨੀ ਉਹਦੇ ਤੇ ਕਿਸ ਟਾਈਪ ਦਾ ਐਕਸ਼ਨ ਲੈਣ ਦੀ ਲੋੜ ਹੈ, ਉਸ ਟਾਈਪ ਉਹਦੇ ਅਕੋਰਡਿੰਗ ਡਿਸਾਈਡ ਕੀਤਾ ਜਾਊਗਾ ਉਹ ਕਿਹਨੂੰ ਮਾਰਕ ਹੋਊਗੀ। ਕਿ ਜੇ SHO ਜਾਂ SI ਦੀ ਸ਼ਿਕਾਇਤ ਹੈ ਜਾਂ DSP ਦੀ ਸ਼ਿਕਾਇਤ ਹੈ, ਜੇ ਲੋਕਲ ਪੁਲਿਸ ਦੀ ਸ਼ਿਕਾਇਤ ਹੈਗੀ ਹੈ ਤਾਂ ਸਾਡੀ ਟੀਮ ਉਸ ਤੇ ਐਕਸ਼ਨ ਲਊਗੀ, ਫਿਰ ਉਹ ਇਨਫੋਰਮੇਸ਼ਨ ਲੋਕਲ ਪੁਲਿਸ ਨਾਲ ਸ਼ੇਅਰ ਨਹੀਂ ਕੀਤੀ ਜਾਊਗੀ। ਜੇ ਲੋਕਲ ਏਰੀਆ ਦੇ ਵਿੱਚ ਕੋਈ ਛੋਟੀ ਇਨਫੋਰਮੇਸ਼ਨ ਹੈ ਕਿ ਇਸ ਏਰੀਆ ਦੇ ਵਿੱਚ ਕੋਈ ਡਰੱਗ ਐਕਿਊਜ਼ਡ ਹੈਗਾ ਜਾਂ ਕੋਈ ਡਰੱਗ ਕਨਵਿਕਟ ਵਿਕਟਿਮ ਹੈਗਾ ਤਾਂ ਉਹ ਇਨਫੋਰਮੇਸ਼ਨ ਮੈਡੀਕਲ ਡਿਪਾਰਟਮੈਂਟ ਨਾਲ ਸ਼ੇਅਰ ਹੋਊਗੀ। ਜਿਸ ਟਾਈਪ ਦੀ ਇਨਫੋਰਮੇਸ਼ਨ ਹੈ ਉਸ ਟਾਈਪ ਤੋਂ ਡਿਸਾਈਡ ਕੀਤਾ ਜਾਊਗਾ ਕਿ ਉਹ ਕਿੱਥੇ ਜਾਊਗੀ। ਅਮੂਮਨ ਇਹ ਵੀ ਦੇਖਿਆ ਕਿ ਤੁਸੀਂ FIR ਰਜਿਸਟਰ ਹੋ ਜਾਂਦੀ, ਪੁਲਿਸ FIR ਰਜਿਸਟਰ ਕਰ ਲੈਂਦੀ, ਲੇਕਿਨ ਕੋਰਟ ਚ ਮਸਲੇ ਢਿੱਲੇ ਪੈ ਜਾਂਦੇ ਆ, ਗਵਾਹ ਸਾਹਮਣੇ ਨਹੀਂ ਆਉਂਦੇ ਔਰ ਜਿਹੜਾ ਆਰੋਪੀ ਹੁੰਦਾ ਉਹ ਬਰੀ ਹੋ ਜਾਂਦਾ। ਸਾਡੇ STF ਦਾ ਹੁਣ ਤੱਕ ਦਾ ਰਿਕਾਰਡ ਹੈ ਜੀ, ਸਾਡੇ ਦਿੱਤੇ ਹੋਏ ਜਿੰਨੇ ਪਰਚੇ ਆ ਸਾਡਾ 100% ਕਨਵਿਕਸ਼ਨ ਰੇਟ ਹੈ। STF ਜੇ ਕਿਸੇ ਤੇ ਕੰਮ ਕਰ ਰਹੀ ਹੈ, ਮਤਲਬ ANTF ਜੇ ਹੁਣ ਅਪਗ੍ਰੇਡ ਹੋ ਗਈ, ANTF ਜੇ ਕਿਸੇ ਤੇ ਕੰਮ ਕਰ ਰਹੀ ਹੈ ਤਾਂ ਸਾਡੇ ਤੇ ਉਹ ਕੋਈ
ਹਜੇ ਤੱਕ ਕੋਈ ਬਰੀ ਨਹੀਂ। ਇਹ ਇੱਕ ਵਾਰ ਮੈਂ ਤਾਂ ਬਾਹਰ ਬੋਰਡ ਲੱਗਾ ਸੀ ਉਹ ਪੜਿਆ ਸੀ, ਤੁਸੀਂ ਦੱਸ ਸਕਦੇ ਹੋ ਕਿਹੜੀ ਕਿਹੜੀ ਕੰਪਲੇਂਟ ਕੀਤੀ ਜਾ ਸਕਦੀ? ਇੱਕ ਤਾਂ ਤੁਸੀਂ ਦੱਸਿਆ ਜੇ ਕਿਸੇ ਦੀ ਮਿਲੀ ਭਗਤ ਹੈ, ਇੱਕ ਕੋਈ ਨਸ਼ਾ ਤਸਕਰ ਹੈ, ਜਾਂ ਕਿਤੇ ਕਿਸੇ ਨੇ ਨਸ਼ਾ ਛੁਡਵਾਉਣਾ, ਉਹ ਹੈ, ਹੋਰ ਕਿਹੜੇ ਕਿਹੜੇ ਨੇ ਜਿਹੜੀ ਕੰਪਲੇਂਟ ਕਰ ਸਕਦੇ? ਇਹਦੇ ਵਿੱਚ ਜੇ ਮੈਂ ਤੁਹਾਨੂੰ ਦਿਖਾਈ ਦਿੰਦਾ, ਇਹਦੇ ਵਿੱਚ ਕਈ ਟਾਈਪ ਦੀ ਇਨਫੋਰਮੇਸ਼ਨ ਹੈ ਵੀ ਤੁਸੀਂ ਕੀ ਸ਼ੇਅਰ ਕਰਨਾ ਚਾਹੁੰਦੇ ਹੋ, ਮਤਲਬ ਕਿਸੇ ਗੌਰਮੈਂਟ ਅਕਿਊਜ ਦੇ ਖਿਲਾਫ ਇਨਫੋਰਮੇਸ਼ਨ ਹੈਗੀ ਹੈ, ਤੁਹਾਡੇ ਕੋਲ ਕੋਈ ਹੋਟਸਪੋਟ ਹੈਗਾ ਵੀ ਫਲਾਣੇ ਏਰੀਆ ਦੇ ਵਿੱਚ ਡਰੱਗ ਵਿਕਦਾ, ਉਸ ਏਰੀਆ ਦੀ ਤੁਸੀਂ ਡਿਟੇਲ ਸ਼ੇਅਰ ਕਰ ਸਕਦੇ ਹੋ, ਜਾਂ ਕੋਈ ਅਕਿਊਜ ਹੈਗਾ, ਕੋਈ ਪੁਰਾਣਾ ਅਕਿਊਜ ਹੈਗਾ ਉਹ ਬਾਹਰ ਆ ਗਿਆ ਉਹ ਕੰਮ ਕਰਦਾ, ਜਾਂ ਕੋਈ ਨਵਾਂ ਹੈਗਾ ਜੀ ਉਹਦੇ ਫੋਨ ਨੰਬਰ ਸਾਡੇ ਕੋਲ ਹੈਗੇ ਆ, ਜਿੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ, ਜੇ ਉਹਦਾ ਨਾਂ ਹੈਗਾ, ਫਾਦਰਸ ਨੇਮ ਹੈਗਾ, ਫੋਨ ਨੰਬਰ ਹੈਗਾ, ਉਨੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ। ਈਵਨ ਇਹਦੇ ਵਿੱਚ ਆਪਸ਼ਨ ਹੈਗੀ ਹੈ ਫਾਈਲ ਅਟੈਚ ਕਰਨ ਦੀ ਵੀ, ਤੁਸੀਂ ਉਹਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਸਕਦੇ ਹੋ, ਆਡੀਓ ਸੈਂਡ ਕਰ ਸਕਦੇ ਹੋ, ਜਾਂ ਪਾਰਟੀਕੁਲਰ ਏਰੀਆ ਦੀ ਲੋਕੇਸ਼ਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਵੀ ਇਸ ਏਰੀਆ ਦੇ ਵਿੱਚ ਇਹ ਕ੍ਰਾਈਮ ਹੋ ਰਿਹਾ, ਜੇ ਉਹ ਤੇ ਇੰਸਟੈਂਟ ਐਕਸ਼ਨ ਦੀ ਲੋੜ ਹੋਊਗੀ ਤਾਂ ਇੰਸਟੈਂਟ ਐਕਸ਼ਨ ਵੀ ਲਿਆ ਜਾਊਗਾ। ਔਰ 24 ਘੰਟੇ ਇਹ ਤੁਹਾਡੀ ਕੰਟਰੋਲ ਰੂਮ ਚੱਲੇਗਾ? ਬਿਲਕੁਲ, 24 ਘੰਟੇ ਇੱਥੇ ਅਵੇਲੇਬਲ ਹੈ, ਤੁਸੀਂ ਜਿਸ ਮਰਜ਼ੀ ਟਾਈਮ ਇੱਥੇ ਸਬਮਿਟ ਕਰੋ, ਨਾਲ ਦੀ ਨਾਲ ਉਹ ਇਨਫੋਰਮੇਸ਼ਨ ਚੈੱਕ ਕਰਕੇ ਅੱਗੇ ਫੋਰਵਰਡ ਕੀਤੀ ਜਾਊਗੀ ਤੇ ਉਸ ਤੇ ਅਪਰੋਪਰੀਏਟ ਐਕਸ਼ਨ ਦੋ। ਚਲੋ, ਬਹੁਤ ਬਹੁਤ ਧੰਨਵਾਦ। ਤਾਂ ਇਹ ਕੰਟਰੋਲ ਰੂਮ ਹੈ, ਨਸ਼ਾ ਤਸਕਰੀ ਕਰਨ ਵਾਲਿਆਂ ਦੇ ਲਈ ਹੁਣ ਇੱਕ ਵੱਡਾ ਚੈਲੰਜ ਜ਼ਰੂਰ ਰਹੇਗਾ, ਜਾਂ ਫਿਰ ਉਹਨਾਂ ਦੀ ਖੈਰ ਨਹੀਂ ਹੈ, ਜਿਸ ਤਰੀਕੇ ਨਾਲ ਪੁਲਿਸ ਕਲੇਮ ਕਰ ਰਹੀ ਹੈ ਕਿ ਆਮ ਲੋਕ ਸਾਥ ਦੇਣ, ਆਮ ਲੋਕ ਦੱਸਣ ਕਿ ਕਿੱਥੇ ਕੌਣ ਨਸ਼ਾ ਵਿਕਵਾ ਰਿਹਾ ਵੈ, ਉਸ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਏਗੀ, ਔਰ ਉਸਦੇ ਖਿਲਾਫ਼ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਹੈ ਉਸਦੇ ਖਿਲਾਫ਼ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਮੋਹਾਲੀ।